संगरूर तो इस वेले की वड्डी खबर सामने आ रही है जिथे संगरूर के महिला चौंक विच एक वड्डा दर्दनाक सड़क हादसा वापर रहा है जिथे सरकारी बस ने सड़क किनारे करे चार बच्चों नूं कुचल दिता। स्कूल की छुट्टी तो बाद बच्चे स्कूल तो घर आ रहे सन अते सड़क किनारे सड़क नूं पार करने लई खड़े सन। उधरों तेज़ रफ्तार आ रही बस ने चार बच्चों नूं कुचल दिता जिन्हां विचों एक की मौके पर मौत हो गई है अते तीन गंभीर जख्मी दसे जा रहे हैं जिन्हां नूं इलाज लई संगरूर दे सरकारी हस्पताल विच लिया गया है। मेरा नाम जगजीत सिंह जी। की हादसा है जी? यह पात्रा तो संगरूर वाल नूं आ रही सी बस जी। बस बड़ी तेजी दे नाल रफ्तार दे नाल भज्जी हुई सी ते कुड़ियां दी जिहड़ियां फुटपाथ ते साइड ते खड़ियां दी गईआं इहने जदों इक लख ते कुड़ियां नूं देख के ब्रेक मारे तां बस घुम गई ते जाके कुड़ियां दे चमे सीधा उपर चढ़ गई। एक कुड़ी दे बेचारे उच्च आ गया फुटपाथ च उहदी लत्त वढ के अड हो गई। वह लत्त मैं पिछले पासों चक्की हैगी ते कुड़ी अगे पासे दी गई। कुड़ी नूं घड़ी सकड़ी सा अगे तक लै गए तां वी बस कंट्रोल दे विच नहीं हुई। PRTC दी बस थी गई। जदों तुसीं बच्चे नूं चक्किआ तां किस हालात सी बच्चे? बहुत गंभीर हालत सी। जदों असीं पहला चक्किया गा उदों सांह चल रहे थे, बोल भी रही थी, सारा कुछ सैट थी, अखा भी खोल रही थी। जदों असीं लत्त चाके गड्डी दे बिठाउण लगे उहदी लत्त बेहोशी वांग हो गई। कुड़ी असीं देखिआ वी तां बेहोश हो गई। असीं भज के चक्के नूं तिन्ने कुड़ियां नूं गड्डी च मरुती च किसी ने गड्डी नहीं रोकी हैगी। फिर मरुती बाई ने गड्डी रोकी, असीं भज के उहदे च लै के संगरूर नूं सिविल हस्पताल लै के आए। तीन बच्चे जिहड़े जख्मी ने उहनां दे हालात की ने? उह इक दिन दा लत्तां क्रैंक हो गईआं बिल्कुल, दो जने दो ठीक ने बिल्कुल। ਇੱਕ ਦਿਨ ਜਾ ਦੇ। ਹਾਂਜੀ ਮੈਮ, ਤੁਹਾਡਾ ਨਾਮ ਜੀ? ਮੇਰਾ ਨਾਮ ਚਰਨਦੀਪ ਸੋਨੀਆ। ਕਿਹੜਾ ਸਕੂਲ ਆਪਣਾ ਕੈਮਰੇ ਤੇ ਕਿਹੜਾ ਸਕੂਲ ਹੈ ਜੀ? ਸੀਨੀਅਰ ਸੈਕੰਡਰੀ ਸਕੂਲ ਮਹਿਲਾ ਚੌਂਕ। ਕੀ ਹਾਸਾ ਹੈ? ਅਸੀਂ ਤਾਂ ਜੀ ਘਰ ਪਹੁੰਚ ਗਏ ਸੀ, ਸਾਨੂੰ ਫੋਨ ਆਇਆ ਪ੍ਰਿੰਸੀਪਲ ਮੈਮ ਨੂੰ ਕਿਸੇ ਨੇ ਦੱਸਿਆ ਵੀ ਤੁਹਾਡੇ ਇਸ ਤਰ੍ਹਾਂ ਬੱਚਿਆਂ ਦਾ ਐਕਸੀਡੈਂਟ ਹੋ ਗਿਆ। ਤਾਂ ਅਸੀਂ ਜਿਵੇਂ ਅੰਦਰ ਬੱਚਿਆਂ ਨੂੰ ਜਾ ਕੇ ਵੀ ਪੁੱਛਿਆ ਤਾਂ ਕਹਿੰਦੇ ਅਸੀਂ ਖੜੀਆਂ ਸੀ ਤਾਂ ਬੱਸ ਮੁੜਦੀ ਮੁੜਦੀ ਕਹਿੰਦੇ ਟੇਢੀ ਮੇਢੀ ਹੁੰਦੀ ਸਾਡੇ 'ਤੇ ਆ ਕੇ ਚੜ੍ਹ ਗਈ। ਦੋ ਬੱਚੇ ਥੋੜ੍ਹੀ ਘੱਟ ਸੱਟ ਆ, ਇੱਕ ਬੱਚੇ ਦੇ ਕਾਫੀ ਜ਼ਿਆਦਾ ਸੱਟ ਆ ਅਤੇ ਇੱਕ ਦੀ ਡੈਥ ਹੋ ਗਈ ਆ ਜੀ। ਸਾਡੀ 8ਵੀਂ ਕਲਾਸ ਦੀ ਬੱਚੀ ਆ। ਛੁੱਟੀ ਐਗਜੈਕਟ 2 ਵਜੇ ਹੁੰਦੀ ਹੈ ਜੀ, ਆਈ ਥਿੰਕ 1:15 ਦੀ ਗੱਲ ਆ, ਕਿਉਂਕਿ ਸਾਡੇ ਕਈ ਸਟਾਫ ਮੈਂਬਰ ਕਹਿੰਦੇ ਜਿਨ੍ਹਾਂ ਨੂੰ ਪਹਿਲਾਂ ਫੋਨ ਆਇਆ ਖੇੜੀ ਪਹੁੰਚੇ ਸੀ ਜਸਟ। ਨਹੀਂ ਖੜ੍ਹੇ ਸੀਗੇ ਕਹਿੰਦੇ, ਮਤਲਬ ਮੋੜ 'ਤੇ ਖੜ੍ਹੇ ਸੀ ਜਿੰਨੀ ਕੁ ਸਾਨੂੰ ਗੱਲ ਪਤਾ ਲੱਗੀ ਆ। ਬਾਕੀ ਕਈ ਘਟਨਾ ਦੇ ਦੌਰਾਨ ਉੱਥੇ ਜਿਹੜੇ ਸੀਗੇ ਉਹਨਾਂ ਨੂੰ ਜ਼ਿਆਦਾ ਪਤਾ ਹੋਊਗਾ, ਸਾਨੂੰ ਇੰਨੀ ਕੁ ਗੱਲ ਪਤਾ ਜੀ। ਅੱਛਾ, ਮੇਰਾ ਚਮਕੌਰ ਸਿੰਘ ਮਹਿਲਾ ਤੋਂ ਜੀ। ਇਹ ਹਾਦਸਾ ਸਾਡੇ ਸਰਕਾਰੀ ਸੈਕੰਡਰੀ ਸਕੂਲ ਮਹਿਲਾ ਅਤੇ ਪ੍ਰਾਇਮਰੀ ਸਕੂਲ ਦੇ ਬੱਚੇ ਛੁੱਟੀ ਦੌਰਾਨ ਛੁੱਟੀ ਹੋਣ ਤੋਂ ਬਾਅਦ ਆਪਣੇ ਘਰਾਂ ਨੂੰ ਜਾ ਰਹੇ ਸੀ ਤਾਂ ਇਹਨਾਂ ਨੇ ਆਪਣੀ ਸਾਈਡ ਜਾ ਰਹੇ ਸੀ। ਉਸ ਤੋਂ ਬਾਅਦ ਇਹਨਾਂ ਨੇ ਆਪਣੇ ਘਰਾਂ ਨੂੰ ਜਾਣ ਵਾਸਤੇ ਉੱਥੋਂ ਦੀ ਇੱਕ ਕੱਟ ਹੈ, ਕੱਟ ਦੇ ਨਾਲ ਲੱਗੇ ਖੜ੍ਹੇ ਸੀ ਡਿਵਾਈਡਰ ਦੇ ਨਾਲ ਬਿਲਕੁਲ, ਤਾਂ ਪਿੱਛੋਂ ਪਾਤਲਾਂ ਵਾਲੇ ਪਾਸਿਓਂ ਤੇਜ਼ ਰਫ਼ਤਾਰ ਬੱਸ ਆਉਂਦੀ ਹੈ ਅਤੇ ਉਹ ਇਹਨੂੰ ਬੱਚਿਆਂ ਨੂੰ ਆਪਣੀ ਲਪੇਟ ਦੇ ਵਿੱਚ ਲਿਆ, ਕਿਉਂਕਿ ਉੱਥੇ ਇਸ ਸਮੇਂ ਜਾ ਕੇ ਨਿਸ਼ਾਨ ਵੀ ਦੇਖ ਕੇ ਜਾ ਸਕਦੇ ਨੇ, ਸਾਡੇ ਕੋਲ ਵੀਡੀਓ ਵੀ ਹੈਗੀਆਂ ਨੇ। ਅਤੇ ਗੱਡੀ ਦੀ ਇੱਕ ਸਾਈਡ ਦੀਆਂ ਬ੍ਰੇਕਾਂ ਡਰਾਈਵਰ ਸਾਈਡ ਦੀਆਂ, ਡਰਾਈਵਰ ਸਾਈਡ ਗੱਡੀ ਨੇ ਲਿਆ ਕੇ ਇਹਨਾਂ ਨੂੰ ਬੱਚਿਆਂ ਨੂੰ ਲਪੇਟ 'ਚ ਲੈ ਲਿਆ। ਜੋ 3 ਬੱਚੇ ਜ਼ਖਮੀ ਆ ਔਰ 1 ਬੱਚੇ ਦੀ ਜਿਹੜਾ ਉਹ ਮੌਤ ਹੋ ਗਈ ਹੈ। ਬੜੀ ਇਹ ਦੁੱਖਦਾਇਕ ਘਟਨਾ ਜੀ ਮਹਿਲਾ ਨਗਰ 'ਚ ਵਾਪਰੀ ਹੈ। ਇਹਦੀ ਪੁਲਿਸ ਚੌਂਕੀ ਮਹਿਲਾ ਦੇ ਵਿੱਚ ਇਹਦੀ ਇਨਫੋਰਮੇਸ਼ਨ ਦਿੱਤੀ ਗਈ ਹੈ। ਬੱਸ ਜਿਹੜੀ ਹਿਰਾਸਤ 'ਚ ਲੈ ਲਈ ਹੈ ਉਹਨਾਂ ਨੇ, ਡਰਾਈਵਰ ਵੀ ਲੈ ਸਰਕਾਰੀ ਸੀ। ਹਾਂਜੀ, ਕੀ ਨਾਮ ਹੈ ਸਰ? ਡਾਕਟਰ ਰਵਿੰਦਰਨਾਥ ਜੀ। ਕੀ ਹਾਦਸਾ ਵਾਪਰਿਆ ਅਤੇ ਕਿੰਨਾ ਦੇ ਮੌਤ ਹੋਈ, ਕਿੰਨੇ ਇੰਜਰ? ਸਾਡੇ ਕੋਲ ਟੋਟਲ 4 ਬੱਚੇ ਆਏ ਨੇ ਜੀ, ਜਿਨ੍ਹਾਂ ਦੇ ਵਿੱਚੋਂ 1 ਬਰੋਡ ਡੈਡ ਸੀਗਾ। ਬੱਸ ਨਾਲ ਹਾਦਸਾ ਹੋਇਆ ਦੱਸਦੇ ਨੇ, ਮਹਿਲਾ ਚੌਂਕ ਦੇ ਵਿੱਚ ਹੋਇਆ ਅਤੇ ਉੱਥੋਂ ਲੈ ਕੇ ਆਏ ਨੇ ਸਾਡੇ ਕੋਲ। 1 ਬੱਚਾ ਦੀਆਂ ਦੋਨੇ ਲੱਤਾਂ ਫ੍ਰੈਕਚਰ ਸੀਗੀਆਂ, ਅਸੀਂ ਉਹਨਾਂ ਦਾ ਮੈਡੀਕਲ ਟ੍ਰੀਟਮੈਂਟ ਜੋ ਕਰਵਾਉਣ ਦਾ ਉਹ ਕਰਿਆ, ਫਸਟ ਏਡ ਕਰੀ ਹੈ ਅਤੇ ਹੱਡੀਆਂ ਵਾਲੇ ਡਾਕਟਰ ਨੂੰ ਬੁਲਾ ਕੇ ਦਿਖਾਇਆ ਅਤੇ ਉਹਨਾਂ ਨੇ ਐਕਸਰੇ ਵਗੈਰਾ ਲਿਖੇ ਨੇ, ਉਹ ਐਕਸਰੇ ਹੁਣ ਗਿਆ ਪੇਸ਼ੈਂਟ। ਬਾਕੀ 2 ਬੱਚੇ ਨੇ ਜਿਹੜੇ ਉਹ ਸਟੇਬਲ ਨੇ, ਉਹਨਾਂ ਨੂੰ ਕੋਈ ਹਲੇ ਇੰਨੀ ਇੰਜਰੀ ਨਹੀਂ ਹੈ, ਕੁਛ ਨਹੀਂ ਹੈ, ਉਹ ਬਿਲਕੁਲ ਸਟੇਬਲ ਨੇ। ਲੜਕੀਆਂ ਨੇ ਸਰ? ਦੋ 4 ਲੜਕੀਆਂ ਨੇ। ਕਿੰਨੇ ਕਿੰਨੇ ਉਮਰ ਬੱਚਿਆਂ ਦੇ? 2 ਦੀ ਉਮਰ 8-9 ਸਾਲ ਹੈ ਅਤੇ 2 ਦੀ ਉਮਰ ਹੈਗੀ ਆ 10-11 ਸਾਲ ਇੱਥੇ ਦੇ। ਉਹਦੀ ਤਕਰੀਬਨ 10-11 ਸਾਲ ਦੇ ਲਵੇ ਆ, 7ਵੀਂ ਕਲਾਸ ਦੀ ਬੱਚੀ ਆ ਉਹ। ਉਹ ਬਰੋਡ ਡੈਡ ਸੀ, ਉਹ ਮੈਂ ਦੱਸਣਾ ਨਹੀਂ ਚਾਹੁੰਦਾ, ਇਟਸ ਨੋਟ ਪੋਸੀਬਲ। ਥੈਂਕ ਯੂ ਸਰ।
एक इत्थे महला चौंक कोले बड़े मदभागी घटना हुई है जिदे विच एक बस दे थले चार बच्चे आ गए। उन्हां विचों छोटे बच्चे है ते एक बच्चे की डैथ हो गई ते दूजे तीन इंजर्ड है। इत्थे डॉक्टर सवान लगे हुए है, पूरा उन्हां नूं प्रॉपर चैक कर रहे है, एक्सरे वगैरह कर रहे है। तो उहदे चों नूं मैं इत्थे आया सी तां अपने जिहड़े मिनिस्टर है श्री हरपाल चीमा का भी फोन आया, वह भी डॉक्टर साहब नाल गल हुई, वह भी चिंतित सी भी इहदा बच्चों का जल्दी इलाज हो जाए। डॉक्टर साहब नाल गल हुई है, मेरी डिप्टी कमिश्नर साहब के भी ध्यान च आ गया, वो कहिंदे मैं एस टी यू नूं भेजदा जे बच्चों का इत्थे बेस्ट ट्रीटमेंट हुंदा होगा तां इत्थे होगा, तो जे लगेगा भी कितें शिफ्ट करन दी लोड़ आ तां इमीडिएटली शिफ्ट करांगे। मतलब ट्रीटमेंट वालों बच्चों जो घटना सी उहदे बारे जो कार्रवाई बनती वो तो करांगे, पर इहदे ट्रीट हुण फस्ट प्रायोरिटी है जिहड़ी ट्रीटमेंट है, ट्रीटमेंट वालों असी डॉक्टर साहब नाल गल की है। अपनी चंगी वो किस्मत आ भी इत्थे जिहड़े डॉक्टर है ऑर्थोपैडिक्स के बड़े सीनियर बड़े तजर्बेकार डॉक्टर वो लगे हुए। दस्या भी उन्होंने स्पीड ते आ रहा सी, शायद कोई एक बच्चा अगे आ गया जां दूजे बच्चों वालों मुड़ गई उहदी गड्डी उहनूं बचाउंदे आ, हजे एग्जैक्ट नहीं पता। किन्ने किन्ने उम्र दे बच्चे सन? ये छोटे आ, मैं लगदा किन्ने आ, 9 साल दे। सारी कुड़ियां ने? हां, सारियां लड़कियां। सर उत्थे के दसन मुताबिक स्पीड ब्रेकर भी मतलब है बहुत वड्डी है नहीं? देखो ये ना हुण आपां मुद्दा भी स्पीड ब्रेकर है जां नहीं है ये बाद दी गल आ, मेन प्रायोरिटी जिहड़ी अपनी सी जिहड़ा दुख वाली गल आ भी एक बच्चे दी डैथ हो गई ते जिहड़ा दूजे बच्चों नूं आपां भी बेस्ट ट्रीटमेंट मिले, फस्ट प्रायोरिटी यह है। छोटे बच्चे है, वो पेरेंट्स नूं भी उन्होंने कहा भी तुहानूं कोई फिक्र करन दी लोड़ नहीं, इत्थे कोई दवाई दारू दी कोई दिक्कत वाली गल नहीं, कोई नवां पैसा लाउण दी लोड़ नहीं, ते अगे भी